ਅੱਜ ਧਰਨੇ ਦਾ ਜੋ ਮੇਨ ਕਾਰਨ ਸੀ ਉਹ ਸਰਕਾਰ ਬਣੀ ਨੂੰ 2.5 ਸਾਲ ਹੋ ਗਏ, ਬੜੇ ਝੂਠੇ ਵਾਅਦੇ ਕੀਤੇ ਅਸੀਂ ਧਰਨੇ ਨਹੀਂ ਲੱਗਣ ਦੇਵਾਂਗੇ, ਸਾਡਾ ਖਜ਼ਾਨਾ ਭਰਿਆ ਅਸੀਂ ਟੈਕਸ ਨਹੀਂ ਲਾਵਾਂਗੇ, ਅਸੀਂ ਨੌਕਰੀਆਂ ਦੇਵਾਂਗੇ, ਅਸੀਂ ਆ ਫਲਾਣੇ ਅਸੀਂ ਸਬਸਿਡੀਆਂ ਦੇਵਾਂਗੇ। ਅੱਜ ਹੋਇਆ ਕੀ ਹੈ ਕਿ 2.5 ਸਾਲ ਸਿਵਾਏ ਟੈਕਸਾਂ ਤੋਂ ਕੋਈ ਵੀ ਚੀਜ਼ ਉਸ ਤੋਂ ਇਲਾਵਾ ਨਹੀਂ ਹੋਈ। ਹੁਣ ਜਿਹੜੇ ਪਿੱਛੇ ਟੈਕਸ ਲਾਏ, ਇਹ ਟੈਕਸ ਜਿਹੜੇ ਲਾਏ ਨੇ ਜਨਤਾ ਦਾ ਤਾਂ ਕਚੁੰਬਰ ਕੱਢਤਾ, ਸਰਕਾਰ ਨੂੰ ਫਾਇਦਾ ਕੋਈ ਹੋਇਆ ਨਹੀਂ। ਜਿਵੇਂ ਹੁਣ ਤੇਲ ਹੈ, ਡੀਜ਼ਲ ਹੈ, ਚੰਡੀਗੜ੍ਹ ਦੇ ਵਿੱਚ ਜਿਹੜਾ ਡੀਜ਼ਲ ਦਾ ਰੇਟ ਹੈ ਅਤੇ ਪੰਜਾਬ ਦਾ ਰੇਟ ਹੈ, 80 ਰੁਪਏ 30 ਪੈਸੇ ਚੰਡੀਗੜ੍ਹ 'ਚ ਘੱਟ ਹੈ, ਅਤੇ ਜੇ ਇੱਕ ਨੇ 100 ਲੀਟਰ ਪਵਾਇਆ ਤਾਂ ਦੇਖ ਲਓ 600 ਦਾ ਫਰਕ ਪੈ ਗਿਆ, ਅਤੇ ਉਹ ਪੰਜਾਬ 'ਚ ਆ ਕੇ ਤੇਲ ਕਿਉਂ ਪਾਊਗਾ? ਇਸ ਕਰਕੇ ਟੈਂਕਰਾਂ ਦੇ ਟੈਂਕਰ ਭਰ ਕੇ 2 ਨੰਬਰ 'ਚ ਬਲੈਕ ਹੋ ਰਹੀ ਹੈ ਪੰਜਾਬ ਦੇ ਪੰਪਾਂ 'ਤੇ ਆ ਰਹੇ, ਅਤੇ ਬਾਕੀ ਲੋਕ ਗੱਡੀਆਂ ਵਾਲੇ ਉੱਥੋਂ ਭਰਾ ਕੇ ਆ ਰਹੇ ਨੇ, ਇੱਥੋਂ ਦੇ ਜਿਹੜੇ ਹੈਗੇ ਪੰਪ ਉਹ ਵੀ ਫੇਲ ਹੋ ਗਏ ਨੇ। ਜਨਤਾ ਨੂੰ ਟੈਕਸ ਦਾ ਭਾਰ ਪੂਰਾ ਪੈ ਰਿਹਾ, ਸਰਕਾਰ ਦੇ ਖਜ਼ਾਨੇ 'ਚ ਕੋਈ ਜਾ ਨਹੀਂ ਰਿਹਾ। ਇਹ ਇੰਨੇ ਜਣੀ ਗਲਤ ਢੰਗ ਨਾਲ ਟੈਕਸ ਲਾਏ ਨੇ, ਭਾਵੇਂ ਬੱਸਾਂ ਦਾ ਕਿਰਾਇਆ ਹੈ, ਭਾਵੇਂ ਸਟਾਂਪ ਫੀਸਾਂ ਵਧੀਆਂ ਨੇ, ਭਾਵੇਂ ਬਿਜਲੀ ਦੇ ਰੇਟ ਆ ਜਿਹੜੇ ਕਹਿੰਦੇ ਸੀ ਇਸ ਤਾਂ ਬਹੁਤ ਸਸਤੀ ਦੇਵਾਂਗੇ, ਅੱਜ ਇੰਡਸਟਰੀ ਵਾਲੇ ਪਿੱਟੀ ਜਾਂਦੇ ਨੇ ਕਿ ਸਾਨੂੰ ਝੂਠ ਬੋਲਿਆ, ਗਲਤ ਵਾਅਦੇ ਕੀਤੇ। ਅੱਜ ਜਿਹੜਾ ਆਮ ਕਿਸਾਨ ਜਾਂ ਮਜ਼ਦੂਰ ਹੈ ਉਹ 'ਤੇ ਵੱਧ ਲੋਡ ਪੈ ਰਿਹਾ, ਜਿਹੜੇ ਛੱਡਣ ਵਾਲੇ ਤਾਂ ਇੱਕ ਪਾਸੇ ਹੈ ਲੇਕਿਨ ਦੇਣ ਵਾਲੇ ਵੀ ਬਹੁਤ ਜ਼ਿਆਦਾ ਹੈ। ਇਸ ਕਰਕੇ ਚਾਰ ਚੁਫੇਰੇ ਜਿਹੜਾ ਟੈਕਸਾਂ ਦਾ ਬੋਝ ਹੈ, ਔਰ ਲਾਅ ਐਂਡ ਆਰਡਰ ਦੀ ਜਿਹੜੀ ਅੱਜ ਸਿਚੁਏਸ਼ਨ ਹੈ ਕਿ ਪੰਜਾਬ 'ਚ ਸੇਫ ਹੀ ਕੋਈ ਹੈ ਨਹੀਂ, ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਅਨੇਕਾਂ ਹੋਰ ਗੱਲਾਂ ਨੇ ਕਿ ਜਿਹੜੇ ਝੂਠੇ ਵਾਅਦੇ ਨੇ, ਇਹਨਾਂ ਵਾਸਤੇ ਸਰਕਾਰ ਨੂੰ ਜਗਾਉਣ ਵਾਸਤੇ ਅਤੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਕਿ ਆਓ ਲੋਕੋ, ਪਹਿਲਾਂ 5 ਸਾਲ ਰਾਜੇ ਨੇ ਬਰਬਾਦ ਕਰਤੇ ਝੂਠੀ ਸਾਹ ਚੱਕ ਕੇ, ਹੁਣ 2.5 ਸਾਲ ਇਹਦੀਆਂ ਗਰੰਟੀਆਂ ਨੇ ਬਰਬਾਦ ਕਰਤੇ, ਜੋ ਕੁਛ ਕਹਿੰਦੇ ਨੇ ਉਹਦੇ ਉਲਟ ਕਰਦੇ ਨੇ। ਇਸ ਕਰਕੇ ਆਓ ਆਪਾਂ ਤਕੜੇ ਹੋ ਕੇ, ਜਾਗਰਤ ਹੋ ਕੇ, ਏਕਤਾ ਦੇ ਨਾਲ ਇਹਨਾਂ ਲੋਕਾਂ ਨੂੰ ਕਹੀਏ ਕਿ ਤੁਸੀਂ ਇਹ ਟੈਕਸ ਵਾਪਸ ਲਓ, ਇਹ ਜਿਹੜੇ ਤੁਸੀਂ ਫੈਸਲੇ ਕਰਦੇ ਤੁਹਾਡੇ ਗਲਤ ਫੈਸਲੇ ਨਹੀਂ। ਜਨਤਾ ਫਿਰ ਤੁਹਾਨੂੰ ਸਮਾਂ ਆਏਗਾ ਉਹਦਾ ਜਵਾਬ ਦੇਵੇਗੀ, ਤੁਹਾਨੂੰ ਇੱਥੋਂ ਉਖਾੜ ਕੇ ਇੱਥੋਂ ਭੇਜ ਦੇਗੀ ਬਾਹਰ। ਸਰ ਚੰਡੀਗੜ੍ਹ 'ਚ ਵੀ ਪਹਿਲੇ 5 ਰੁਪਏ ਘੱਟ ਸੀ, ਜਦੋਂ ਤੁਹਾਡੀ ਸਰਕਾਰ ਸੀ ਪੰਜਾਬ 'ਚ ਉਸਨੇ 5 ਰੁਪਏ ਘੱਟ ਸੀਗਾ ਪੈਟਰੋਲ ਦੇ, ਅੱਜ ਵੀ 6 ਰੁਪਏ ਹੈਗਾ, ਅੱਜ 6 ਰੁਪਏ 30 ਪੈਸੇ, ਪਹਿਲੇ 5 ਰੁਪਏ 25 ਪੈਸੇ। ਅਕਾਲੀ ਦਲ ਦੀ ਸਰਕਾਰ ਵੇਲੇ ਤੁਹਾਨੂੰ ਕੋਈ ਪਤਾ ਨਹੀਂ, ਉਸ ਵੇਲੇ ਸਾਡੇ ਵੇਲੇ 58 ਰੁਪਏ ਰੇਟ ਸੀ ਪੰਜਾਬ 'ਚ ਪੰਜਾਬ ਦਾ, ਚੰਡੀਗੜ੍ਹ ਯੂਟੀ 'ਚ ਨਹੀਂ ਸਾਡਾ ਰੇਟ 58 ਪੈਸੇ ਸੀ। ਚੰਡੀਗੜ੍ਹ ਯੂਟੀ 'ਚ ਕੀ ਸੀ ਦੱਸੋ? ਚੰਡੀਗੜ੍ਹ ਯੂਟੀ ਦਾ ਤੁਸੀਂ ਦੱਸੋ ਨਾ, ਲੇਕਿਨ ਸਾਡਾ ਹਰਿਆਣੇ ਨਾਲੋਂ ਘੱਟ ਸੀ, ਹਰਿਆਣੇ ਦਾ 2 ਰੁਪਏ ਵੱਧ ਸੀ, ਹਿਮਾਚਲ ਨਾਲੋਂ ਘੱਟ ਸੀ, ਚੰਡੀਗੜ੍ਹ ਨਾਲੋਂ ਜ਼ਰੂਰ 1-2 ਰੁਪਏ ਦਾ ਫਰਕ ਸੀਗਾ। ਉਹ ਜਿਹੜੇ 3 ਸਟੇਟਾਂ ਹੁਣ ਤਾਂ ਹਿਮਾਚਲ 'ਚ ਵੀ ਘੱਟ ਹੈ, ਹਰਿਆਣੇ 'ਚ ਵੀ ਘੱਟ ਹੈ, 4 ਸਪੇਰੇ ਬਲੈਕ ਹੋਈ ਜਾਂਦੀ, ਸਾਰਾ ਟੋਟਲ ਬਲੈਕ ਹੋ ਰਹੀ ਹੈ, ਖਜ਼ਾਨੇ ਨੂੰ ਘਾਟਾ ਪੈ ਰਿਹਾ। ਇਸ ਕਰਕੇ ਤੁਸੀਂ ਉਹਦਾ ਮੁਕਾਬਲਾ ਨਾ ਕਰੋ, ਸਾਡੇ ਵਿੱਚ ਤਾਂ ਹਰ ਚੀਜ਼ ਇਹ ਤੋਂ ਸਸਤੀ ਸੀ, ਕੋਈ ਵੀ ਚੀਜ਼ ਦਾ ਰੇਟ ਇਹ ਨਹੀਂ ਸੀਗਾ। ਸੋ ਉਸ ਵੇਲੇ ਦਾ ਜ਼ਿਲ੍ਹੇ ਦਾ ਬੜਾ ਫਰਕ ਹੈ। ਆਖੀ ਕੋਈ ਕੁਛ ਚਾਹੇ ਜਵਾਨਤ ਬੋਲਣ ਤਾਂ ਇਹ ਵੀ ਬੋਲੀ ਜਾਂਦੇ, ਰੋਜ਼ ਸਾਡੇ ਖਿਲਾਫ ਹੀ ਬੋਲ ਦੇਣਗੇ, ਹੋਰ ਕੁਛ ਆਉਂਦਾ ਨਹੀਂ। ਰਾਹੁਲ ਗਾਂਧੀ ਦਾ ਜਿਹੜਾ ਸਟੇਟਮੈਂਟ ਸੀਗਾ ਤੁਸੀਂ ਕੀ ਕਹਿਣਾ ਚਾਹੁੰਦੇ? ਕੀ ਰਾਹੁਲ ਗਾਂਧੀ ਦਾ ਸਟੇਟਮੈਂਟ ਦਿੱਤਾ ਵਿਦੇਸ਼ 'ਚ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਟੇਟਮੈਂਟ? ਜੋ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤਾ, ਮੈਂ ਇਹ ਕਹਿਣਾ ਚਾਹੁੰਦਾ ਕਿ ਸ਼ੁਕਰ ਹੈ ਕਿ ਅੱਜ ਰਾਹੁਲ ਗਾਂਧੀ ਨੂੰ ਇਹ ਗੱਲ ਯਾਦ ਆ ਗਈ ਕਿ ਸਿੱਖ ਇੱਕ ਬਹਾਦਰ ਮਿਨੋਰਟੀ ਹੈ, ਉਹਨਾਂ ਲੋਕਾਂ ਨਾਲ ਜੇ ਬੱਚੇ ਪੜ੍ਹਨ ਜਾਂਦੇ ਨੇ ਇਮਤਿਹਾਨ ਦੇ ਕੜਾ ਲਹਾ ਲਿਆ ਜਾਂਦਾ, ਜੇ ਕਾਲਜ ਜਾਂਦੇ ਨੇ ਕਿਰਪਾਨ ਲਹਾ ਲਈ ਜਾਂਦੀ ਹੈ, ਜਹਾਜ਼ 'ਤੇ ਚੜ੍ਹਦੇ ਤਾਂ ਕਿਰਪਾਨ ਲਹਾ ਲਈ ਜਾਂਦੀ ਹੈ, ਉਹਨਾਂ ਦੇ ਚਿੰਨ੍ਹਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ। ਕਿਉਂਕਿ ਬੱਚਾ ਜੇ ਇਮਤਿਹਾਨ ਦੇਣ ਜਾਂਦਾ ਹੈ ਉਹ ਕੜਾ ਉਸਦਾ ਕੀ ਕਹਿੰਦਾ? ਲਾ ਦਿਓ ਰਾਸਤਾ 'ਚ ਲਾਹਾ, ਕੇਸ ਬਣਿਆ ਸਾਡੇ ਬੰਦਿਆਂ 'ਤੇ, ਉਸ ਨੂੰ ਦੇਖ ਕੇ ਉਹਨੇ ਉਹ ਬਿਆਨ ਦਿੱਤਾ। ਮੈਂ ਕਹਿੰਦਾ ਸ਼ੁਕਰ ਹੈ ਜੇ ਉਹਨੂੰ ਇਹ ਗੱਲ ਯਾਦ ਆ ਗਈ ਕਿ ਮਿਨੋਰਟੀ ਜਿਹੜੀ ਹੈ ਉਹਦੇ ਸਾਨੂੰ ਸਤਿਕਾਰ ਕਰਨਾ ਚਾਹੀਦਾ। ਇਸ ਕਰਕੇ ਜੋ ਉਹਦੇ ਮਗਰ ਪਏ ਨੇ ਗਲਤ ਹੈ, ਉਹਦਾ ਬਿਆਨ ਉਹ ਠੀਕ ਸੀ ਕਿਸੇ ਹਾਲਾਤ 'ਚ? ਆਤੰਕਵਾਦੀ ਘੋਸ਼ਿਤ ਕੀਤਾ ਬਿੱਟੂ ਦੇ ਗੱਲ ਦਾ ਮੈਂ ਕੋਈ ਜਵਾਬ ਨਹੀਂ ਦੇਵਾਂਗਾ। ਅੱਜ ਧਰਨੇ ਦਾ ਜੋ ਮੇਨ ਕਾਰਨ ਸੀ ਉਹ ਸਰਕਾਰ ਬਣੀ ਨੂੰ 2.5 ਸਾਲ ਹੋ ਗਏ,
ਬੜੇ ਝੂਠੇ ਵਾਅਦੇ ਕੀਤੇ, ਅਸੀਂ ਧਰਨੇ ਨਹੀਂ ਲੱਗਣ ਦੇਵਾਂਗੇ, ਸਾਡਾ ਖਜ਼ਾਨਾ ਭਰਿਆ, ਅਸੀਂ ਟੈਕਸ ਨਹੀਂ ਲਾਵਾਂਗੇ, ਅਸੀਂ ਨੌਕਰੀਆਂ ਦੇਵਾਂਗੇ, ਅਸੀਂ ਆ ਫਲਾਣੇ ਅਸੀਂ ਸਬਸਿਡੀਆਂ ਦੇਵਾਂਗੇ। ਅੱਜ ਹੋਇਆ ਕੀ ਹੈ ਕਿ 2.5 ਸਾਲ ਸਿਵਾਏ ਟੈਕਸਾਂ ਤੋਂ ਕੋਈ ਵੀ ਚੀਜ਼ ਉਸ ਤੋਂ ਇਲਾਵਾ ਨਹੀਂ ਹੋਈ। ਹੁਣ ਜਿਹੜੇ ਪਿੱਛੇ ਟੈਕਸ ਲਾਏ, ਇਹ ਟੈਕਸ ਜਿਹੜੇ ਲਾਏ ਨੇ ਜਨਤਾ ਦਾ ਤਾਂ ਕਚੁੰਬਰ ਕੱਢਤਾ, ਸਰਕਾਰ ਨੂੰ ਫਾਇਦਾ ਕੋਈ ਹੋਇਆ ਨਹੀਂ। ਜਿਵੇਂ ਹੁਣ ਤੇਲ ਹੈ, ਡੀਜ਼ਲ ਹੈ, ਚੰਡੀਗੜ੍ਹ ਦੇ ਵਿੱਚ ਜਿਹੜਾ ਡੀਜ਼ਲ ਦਾ ਰੇਟ ਹੈ ਅਤੇ ਪੰਜਾਬ ਦਾ ਰੇਟ ਹੈ, 80 ਰੁਪਏ 30 ਪੈਸੇ ਚੰਡੀਗੜ੍ਹ 'ਚ ਘੱਟ ਹੈ, ਅਤੇ ਜੇ ਇੱਕ ਨੇ 100 ਲੀਟਰ ਪਵਾਇਆ ਤਾਂ ਦੇਖ ਲਓ 600 ਦਾ ਫਰਕ ਪੈ ਗਿਆ, ਅਤੇ ਉਹ ਪੰਜਾਬ 'ਚ ਆ ਕੇ ਤੇਲ ਕਿਉਂ ਪਾਊਗਾ? ਇਸ ਕਰਕੇ ਟੈਂਕਰਾਂ ਦੇ ਟੈਂਕਰ ਭਰ ਕੇ 2 ਨੰਬਰ 'ਚ ਬਲੈਕ ਹੋ ਰਹੀ ਹੈ, ਪੰਜਾਬ ਦੇ ਪੰਪਾਂ 'ਤੇ ਆ ਰਹੇ ਨੇ, ਅਤੇ ਬਾਕੀ ਲੋਕ ਗੱਡੀਆਂ ਵਾਲੇ ਉੱਥੋਂ ਭਰਾ ਕੇ ਆ ਰਹੇ ਨੇ। ਇੱਥੋਂ ਦੇ ਜਿਹੜੇ ਹੈਗੇ ਪੰਪ ਉਹ ਵੀ ਫੇਲ ਹੋ ਗਏ ਨੇ। ਜਨਤਾ ਨੂੰ ਟੈਕਸ ਦਾ ਭਾਰ ਪੂਰਾ ਪੈ ਰਿਹਾ, ਸਰਕਾਰ ਦੇ ਖਜ਼ਾਨੇ 'ਚ ਕੋਈ ਜਾ ਨਹੀਂ ਰਿਹਾ। ਇਹ ਇੰਨੇ ਜਣੀ ਗਲਤ ਢੰਗ ਨਾਲ ਟੈਕਸ ਲਾਏ ਨੇ, ਭਾਵੇਂ ਬੱਸਾਂ ਦਾ ਕਿਰਾਇਆ ਹੈ, ਭਾਵੇਂ ਸਟਾਂਪ ਫੀਸਾਂ ਵਧੀਆਂ ਨੇ, ਭਾਵੇਂ ਬਿਜਲੀ ਦੇ ਰੇਟ ਆ ਜਿਹੜੇ ਕਹਿੰਦੇ ਸੀ ਇਸ ਤੋਂ ਬਹੁਤ ਸਸਤੀ ਦੇਵਾਂਗੇ, ਅੱਜ ਇੰਡਸਟਰੀ ਵਾਲੇ ਪਿੱਟੀ ਜਾਂਦੇ ਨੇ ਕਿ ਸਾਨੂੰ ਝੂਠ ਬੋਲਿਆ, ਗਲਤ ਵਾਅਦੇ ਕੀਤੇ। ਅੱਜ ਜਿਹੜਾ ਆਮ ਕਿਸਾਨ ਜਾਂ ਮਜ਼ਦੂਰ ਹੈ ਉਹ 'ਤੇ ਵੱਧ ਲੋਡ ਪੈ ਰਿਹਾ, ਜਿਹੜੇ ਛੱਡਣ ਵਾਲੇ ਤਾਂ ਇੱਕ ਪਾਸੇ ਹੈ ਲੇਕਿਨ ਦੇਣ ਵਾਲੇ ਵੀ ਬਹੁਤ ਜ਼ਿਆਦਾ ਹੈ। ਇਸ ਕਰਕੇ 4 ਚਪੇਰੇ ਜਿਹੜਾ ਟੈਕਸਾਂ ਦਾ ਬੋਝ ਹੈ, ਔਰ ਲਾ ਐਂਡ ਆਰਡਰ ਦੀ ਜਿਹੜੀ ਅੱਜ ਸਿਚੁਏਸ਼ਨ ਹੈ ਕਿ ਪੰਜਾਬ 'ਚ ਸੇਫ ਹੀ ਕੋਈ ਹੈ ਨਹੀਂ, ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਅਨੇਕਾਂ ਹੋਰ ਗੱਲਾਂ ਨੇ ਕਿ ਜਿਹੜੇ ਝੂਠੇ ਵਾਅਦੇ ਨੇ, ਇਹਨਾਂ ਵਾਸਤੇ ਸਰਕਾਰ ਨੂੰ ਜਗਾਉਣ ਵਾਸਤੇ ਅਤੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਕਿ ਆਓ ਲੋਕੋ, ਪਹਿਲਾਂ 5 ਸਾਲ ਰਾਜੇ ਨੇ ਬਰਬਾਦ ਕਰਤੇ ਝੂਠੀ ਸਾਹ ਚੱਕ ਕੇ, ਹੁਣ 2.5 ਸਾਲ ਇਹਨਾਂ ਦੀਆਂ ਗਰੰਟੀਆਂ ਨੇ ਬਰਬਾਦ ਕਰਤੇ, ਜੋ ਕੁਛ ਕਹਿੰਦੇ ਨੇ ਉਹਦੇ ਉਲਟ ਕਰਦੇ ਨੇ। ਇਸ ਕਰਕੇ ਆਓ ਆਪਾਂ ਤਕੜੇ ਹੋ ਕੇ, ਜਾਗਰਤ ਹੋ ਕੇ, ਏਕਤਾ ਦੇ ਨਾਲ ਇਹਨਾਂ ਲੋਕਾਂ ਨੂੰ ਕਹੀਏ ਕਿ ਤੁਸੀਂ ਟੈਕਸ ਵਾਪਸ ਲਓ, ਇਹ ਜਿਹੜੇ ਤੁਸੀਂ ਫੈਸਲੇ ਕਰ ਰਹੇ ਤੁਹਾਡੇ ਗਲਤ ਫੈਸਲੇ ਨਹੀਂ। ਜਨਤਾ ਫਿਰ ਤੁਹਾਨੂੰ ਸਮਾਂ ਆਏਗਾ ਉਹਦਾ ਜਵਾਬ ਦੇਗੀ, ਤੁਹਾਨੂੰ ਇੱਥੋਂ ਉਖਾੜ ਕੇ ਇੱਥੋਂ ਭੇਜ ਦੇਗੀ ਬਾਹਰ। ਸਰ ਚੰਡੀਗੜ੍ਹ 'ਚ ਵੀ ਪਹਿਲੀ 5 ਰੁਪਏ ਕੱਟ ਸੀ, ਜਦੋਂ ਤੁਹਾਡੀ ਸਰਕਾਰ ਸੀ ਪੰਜਾਬ 'ਚ ਉਸਨੇ 5 ਰੁਪਏ ਕੱਟ ਸੀਗਾ ਪੈਟਰੋਲ ਦੇ, ਅੱਜ ਵੀ 6 ਰੁਪਏ ਹੈਗਾ, ਅੱਜ 6 ਰੁਪਏ 30 ਪੈਸੇ, ਪਹਿਲੇ 5 ਰੁਪਏ 25 ਪੈਸੇ। ਅਕਾਲੀ ਦਲ ਦੀ ਸਰਕਾਰ ਵੇਲੇ ਤੁਹਾਨੂੰ ਕੋਈ ਪਤਾ ਨਹੀਂ, ਉਸ ਵੇਲੇ ਸਾਡੇ ਵੇਲੇ 58 ਰੁਪਏ ਰੇਟ ਸੀ ਪੰਜਾਬ 'ਚ, ਪੰਜਾਬ ਦਾ ਚੰਡੀਗੜ੍ਹ ਯੂਟੀ 'ਚ ਨਹੀਂ ਸਾਡਾ ਰੇਟ 58 ਪੈਸੇ ਸੀ। ਚੰਡੀਗੜ੍ਹ ਯੂਟੀ 'ਚ ਕੀ ਸੀ ਦੱਸੋ? ਚੰਡੀਗੜ੍ਹ ਯੂਟੀ ਦਾ ਤੁਸੀਂ ਦੱਸੋ ਨਾ, ਲੇਕਿਨ ਸਾਡਾ ਹਰਿਆਣੇ ਨਾਲੋਂ ਘੱਟ ਸੀ, ਹਰਿਆਣੇ ਦਾ 2 ਰੁਪਏ ਵੱਧ ਸੀ, ਹਿਮਾਚਲ ਨਾਲੋਂ ਘੱਟ ਸੀ, ਚੰਡੀਗੜ੍ਹ ਨਾਲੋਂ ਜ਼ਰੂਰ 1-2 ਰੁਪਏ ਦਾ ਫਰਕ ਸੀਗਾ। ਉਹ ਜਿਹੜੇ 3 ਸਟੇਟਾਂ ਹੁਣ ਤਾਂ ਹਿਮਾਚਲ 'ਚ ਵੀ ਘੱਟ ਹੈ, ਹਰਿਆਣੇ 'ਚ ਵੀ ਘੱਟ ਹੈ, 4 ਸਪੇਰੇ ਬਲੈਕ ਹੋਈ ਜਾਂਦੀ, ਸਾਰਾ ਟੋਟਲ ਬਲੈਕ ਹੋ ਰਹੀ ਹੈ, ਖਜ਼ਾਨੇ ਨੂੰ ਘਾਟਾ ਪੈ ਰਿਹਾ। ਇਸ ਕਰਕੇ ਤੁਸੀਂ ਉਹਦਾ ਮੁਕਾਬਲਾ ਨਾ ਕਰੋ, ਸਾਡੇ ਵਿੱਚ ਤਾਂ ਹਰ ਚੀਜ਼ ਇਹਦੀ ਸਸਤੀ ਸੀ, ਕੋਈ ਵੀ ਚੀਜ਼ ਦਾ ਰੇਟ ਇਹ ਨਹੀਂ ਸੀਗਾ। ਸੋ ਉਸ ਵੇਲੇ ਦਾ ਜ਼ਿਲ੍ਹੇ ਦਾ ਬੜਾ ਫਰਕ ਹੈ। ਆਖੀ ਕੋਈ ਕੁਛ ਚਾਹਵੇ ਜਵਾਨ ਤਾਂ ਬੋਲਣ ਤਾਂ ਇਹ ਵੀ ਬੋਲੀ ਜਾਂਦੇ, ਰੋਜ਼ ਸਾਡੇ ਖਿਲਾਫ ਹੀ ਬੋਲਦੇ ਨੇ, ਹੋਰ ਕੁਛ ਤਾਂ ਆਉਂਦਾ ਨਹੀਂ। ਰਾਹੁਲ ਗਾਂਧੀ ਦਾ ਸਟੇਟਮੈਂਟ ਸੀਗਾ, ਤੁਸੀਂ ਕੀ ਕਹਿਣਾ ਚਾਹੁੰਦੇ ਕੀ? ਰਾਹੁਲ ਗਾਂਧੀ ਦਾ ਸਟੇਟਮੈਂਟ ਦਿੰਦਾ ਵਿਦੇਸ਼ 'ਚ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਟੇਟਮੈਂਟ ਕਰੋ। ਜੋ ਰਾਹੁਲ ਗਾਂਧੀ ਦੇ ਸਟੇਟਮੈਂਟ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਸ਼ੁਕਰ ਹੈ ਕਿ ਅੱਜ ਰਾਹੁਲ ਗਾਂਧੀ ਨੂੰ ਇਹ ਗੱਲ ਯਾਦ ਆ ਗਈ ਕਿ ਸਿੱਖ ਇੱਕ ਬਹਾਦਰ ਮਿਨੋਰਟੀ ਹੈ, ਉਹਨਾਂ ਲੋਕਾਂ ਨਾਲ ਜੇ ਬੱਚੇ ਪੜ੍ਹਨ ਜਾਂਦੇ ਨੇ ਇਮਤਿਹਾਨ ਦੇ ਕੜਾ ਲਹਾ ਲਿਆ ਜਾਂਦਾ, ਜੇ ਕਾਲਜ ਜਾਂਦੇ ਨੇ ਕਿਰਪਾਨ ਲਹਾ ਲਈ ਜਾਂਦੀ ਹੈ, ਜਹਾਜ਼ 'ਤੇ ਚੜ੍ਹਦੇ ਤਾਂ ਕਿਰਪਾਨ ਲਹਾ ਲਈ ਜਾਂਦੀ ਹੈ, ਉਹਨਾਂ ਦੇ ਚਿੰਨ੍ਹਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ। ਕਿਉਂਕਿ ਬੱਚਾ ਜੇ ਇਮਤਿਹਾਨ ਦੇਣ ਜਾਂਦਾ ਉਹ ਕੜਾ ਉਸਦਾ ਕੀ ਕਹਿੰਦਾ? ਲਾ ਦਿਓ ਰਾਸਤਾ 'ਚ ਲਾਹਾ, ਕੇਸ ਬਣਿਆ ਸਾਡੇ ਬੰਦਿਆਂ 'ਤੇ। ਉਸ ਨੂੰ ਦੇਖ ਕੇ ਉਹਨੇ ਉਹ ਬਿਆਨ ਦਿੱਤਾ। ਮੈਂ ਕਹਿੰਦਾ ਸ਼ੁਕਰ ਹੈ ਜੇ ਉਹਨੂੰ ਗੱਲ ਯਾਦ ਆ ਗਈ ਕਿ ਮਿਨੋਰਟੀ ਜਿਹੜੀ ਹੈ ਉਹਦੇ ਸਾਨੂੰ ਸਤਿਕਾਰ ਕਰਨਾ ਚਾਹੀਦਾ। ਇਸ ਕਰਕੇ ਜੋ ਉਹਦੇ ਮਗਰ ਪਏ ਨੇ ਗਲਤ ਹੈ, ਉਹਦਾ ਬਿਆਨ ਉਹ ਠੀਕ ਸੀ ਕਿਸੇ ਹਾਲਾਤ 'ਚ। ਆਤੰਕਵਾਦੀ ਘੋਸ਼ਿਤ ਕੀਤਾ, ਪਿੱਟੂ ਦੇ ਗੱਲ ਦਾ ਮੈਂ ਕੋਈ ਜਵਾਬ ਨਹੀਂ ਦੇਵਾਂਗਾ।